ਤੜਕੇ ਤੜਕੇ ਭਿਆਨਕ ਸੜਕੀ ਹਾਦਸਾ ਹੋਇਆ। ਕਰਮਚਾਰੀਆਂ ਦੇ ਨਾਲ ਭਰੀ ਹੋਈ ਵੈਨ ਪਲਟ ਗਈ, ਜਿਸ ਦੇ ਨਾਲ ਸਾਰੇ ਕਰਮਚਾਰੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘੁਲਾਣ ਟੋਲ ਪਲਾਜ਼ੇ 'ਤੇ ਇਹ ਭਿਆਨਕ ਹਾਦਸਾ ਹੋਇਆ। ਸੰਘਣੀ ਧੁੰਦ ਦਾ ਕਹਿਰ ਨਜ਼ਰ ਆਇਆ। ਦੂਜੇ ਪਾਸੇ ਵੈਨ ਦੀ ਰਫ਼ਤਾਰ ਕਾਫ਼ੀ ਤੇਜ਼ ਸੀ, ਜਿਸ ਦੇ ਨਾਲ ਇਹ ਸੜਕੀ ਹਾਦਸਾ ਹੋਇਆ। 20 ਤੋਂ 25 ਕਰਮਚਾਰੀ ਜ਼ਖਮੀ ਹੋਏ ਨੇ। ਦੱਸ ਦਈਏ ਕਿ ਸਮਰਾਲਾ ਨੇੜੇ ਮਿੱਤਲ ਮਿੱਲ ਤੋਂ ਕਰਮਚਾਰੀ ਕੰਮ ਕਰਕੇ ਨਾਈਟ ਸ਼ਿਫਟ ਲਗਾ ਕੇ ਸਵੇਰ ਵੇਲੇ ਵੈਨ ਦੇ ਰਾਹੀਂ ਘਰੋਂ ਘਰੀ ਜਾ ਰਹੇ ਸੀ, ਤਾਂ ਟੋਲ ਪਲਾਜ਼ੇ 'ਤੇ ਵੈਨ ਡਿਵਾਈਡਰ ਦੇ ਨਾਲ ਟਕਰਾ ਗਈ ਔਰ ਮੌਕੇ 'ਤੇ ਹੀ ਪਲਟ ਗਈ, ਜਿਸ ਦੇ ਨਾਲ ਕਰਮਚਾਰੀਆਂ ਦੇ ਸੱਟਾਂ ਲੱਗੀਆਂ ਨੇ। ਨਾਲ ਹੀ ਉਹਨਾਂ ਦੱਸਿਆ ਕਿ ਵੈਨ ਦੀ ਸਪੀਡ ਤੇਜ਼ ਸੀ ਅਤੇ ਸੰਘਣੀ ਧੁੰਦ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਜਾਣਕਾਰੀ ਮੁਤਾਬਿਕ 20 ਤੋਂ 25 ਕਰਮਚਾਰੀ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਔਰ ਕਈਆਂ ਦੇ ਮਾਮੂਲੀ ਸੱਟਾਂ ਨੇ, ਕਈਆਂ ਦੇ ਜ਼ਿਆਦਾ ਨੇ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ। ਸੋ ਸੰਘਣੀ ਧੁੰਦ ਦਾ ਕਹਿਰ ਨਜ਼ਰ ਆਇਆ ਔਰ ਦੂਜਾ, ਵੈਨ ਦੀ ਰਫ਼ਤਾਰ ਕਾਫ਼ੀ ਤੇਜ਼ ਸੀ, ਜਿਸ ਦੇ ਨਾਲ ਇਹ ਹਾਦਸਾ ਹੋਇਆ। ਟੋਲ ਪਲਾਜ਼ੇ 'ਤੇ ਘੁਲਾਣ ਟੋਲ ਪਲਾਜ਼ੇ ਦੇ ਡਿਵਾਈਡਰ ਦੇ ਨਾਲ ਇਹ ਵੈਨ ਟਕਰਾ ਗਈ ਔਰ ਮੌਕੇ 'ਤੇ ਹੀ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਜਾ ਰਹੇ ਥੇ ਡਿਊਟੀ ਸੇ ਛੁੱਟ ਕਰ। ਜੀ ਐਕਸੀਡੈਂਟ ਹੁਆ ਕਹਾਂ ਪੇ ਹੁਆ? ਟੋਲ ਟੈਕਸ ਕੇ ਪਾਸ ਹੁਆ ਹੈ। ਕੈਸੇ ਹੁਆ? ਗਾਇਜ ਤੇਜ਼ੀ ਮੇ ਚਲਾ ਰਹਾ ਥਾ, ਮੋੜ ਥਾ ਵਹੀਂ ਮੋੜਨੇ ਮੇ ਲੜ ਦਿਆ। ਪਹਿਲੇ ਵੀ ਸੀ ਗਾੜੀ ਮੇ ਜਾਤੇ ਹੋ? ਹਾਂ, ਪਹਿਲੇ ਨਯਾ ਗਾੜੀ ਲਗਾ ਥਾ। ਔਰ ਜਬ ਟਾਈਮ ਕਿਤਨੇ ਵਜੇ ਦੇ ਗੱਡੀ ਆਈ? ਹਮ ਲੋਗ 7:15 ਵਜੇ ਕੇ ਲਪੇਟ ਹਮ ਲੋਗ ਫੈਟੀ ਸੇ ਨਿਕਲੇ ਥੇ। ਕਿਤਨੇ ਬੰਦੇ ਥੇ? ਬੰਦੇ ਤਾਂ ਬਹੁਤ ਕਾਫੀ ਥੇ, ਕੋਈ 39-40 ਆਦਮੀ। ਕੀ ਹੋਆ ਦੁਰਘਟਨਾ ਵਿੱਚ? ਹਾਂਜੀ, ਕਾਰਨ ਕੀ ਹੋਆ? ਕਾਰਨ ਸਾਹਿਬ ਹਮ ਲੋਗ ਕਿਆ ਪਤਾ, ਹਮ ਲੋਗ ਤਾਂ ਡਿਊਟੀ ਜਾਂ ਛੁੱਟੇ ਔਰ ਮਾਸ ਮੇ ਬੈਠ ਕੇ ਜਾ ਰਹੇ ਥੇ। ਅਬ ਕਾਰਨ ਕਿਆ ਥਾ ਵੋ ਤੋ ਮੈਂ ਨਹੀਂ ਜਾਣਤਾ ਹੂੰ। ਇਹ ਆਪਣੇ ਟੂਲ ਟੈਕਸ ਤੇ ਹੋਏ? ਕਿਵੇਂ ਹੋਇਆ? ਕਿਵੇਂ? ਧੁੰਦ ਬਹੁਤ ਹੀ, ਦੇਖ ਨਹੀਂ ਰਿਹਾ ਸੀ ਕੁਛ ਵੀ। ਕਿੰਨੇ ਜਣੇ ਸੀਗੇ ਇਹ 'ਚ? 20-25 ਬੰਦੇ ਸੀ। ਸਾਰੇ ਕੀ ਕੰਮ ਕਰਦੇ ਨੇ? ਇਹ ਕੰਪਨੀ 'ਚ ਕੰਮ ਕਰਦੇ ਨੇ ਸਾਰੇ, ਨਾਈਟ ਡਿਊਟੀ 'ਚ। ਕਿੰਨੇ ਵਜੇ ਜਾਂਦੇ ਨੇ ਤੁਸੀਂ? 7:30 ਵਜੇ ਛੁੱਟੀ ਹੋ ਗਈ ਸੀ ਇਹਨਾਂ ਨੂੰ। ਨਾਈਟ ਡਿਊਟੀ ਤੋਂ ਵਾਪਸ ਜਾ ਰਹੇ ਸੀ? ਹਾਂਜੀ, ਵਾਪਸ ਜਾ ਰਹੇ। ਕੋਈ ਸੀਰੀਅਸ ਹੈ ਬੰਦਾ? ਹਾਂਜੀ, ਬਾਕੀ ਠੀਕ ਨੇ ਬੰਦੇ, ਤਾਂ ਅਸੀਂ ਥੋੜ੍ਹੀ ਬਹੁਤੀ ਲੱਗੀਆਂ ਨੇ, ਅਤੇ ਰੀਟਾਂ ਜੀਆਂ ਵੱਜੀਆਂ ਨੇ ਬੰਦਿਆਂ ਦੇ। ਹੁਣ ਇੱਥੇ ਹੋਸਪਿਟਲ 'ਚ ਕਿੰਨੇ ਬੰਦੇ ਹੋ ਰਹੇ? ਇੱਥੇ ਹੈਗੇ 5-6 ਬੰਦੇ ਹੈਗੇ ਨੇ। ਡਾਕਟਰ ਨਾਲ ਗੱਲ ਹੋਈ? ਦੇਖ ਕੇ ਚੈੱਕ ਕਰ? ਹਾਂਜੀ, ਡਾਕਟਰ ਚੈੱਕ ਕਰ ਰਹੇ ਨੇ। ਇਹ ਬੱਸ ਦਾ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ, ਤੇ ਅਰਾਊਂਡ 18-19 ਪੇਸ਼ੈਂਟਸ ਆਏ ਨੇ ਸਾਡੇ ਕੋਲ। ਉਹਨਾਂ ਵਿੱਚੋਂ ਇੱਕ ਹੈਡ ਇੰਜਰੀ ਲੱਗ ਰਿਹਾ, ਬਾਕੀ ਸਾਰੇ ਮਾਈਨਰ ਨੇ। ਬਾਕੀ ਮਾੜੀ ਮੋਟੇ ਰਗੜਾ ਹੀ ਨੇ, ਬਾਕੀ ਸਾਰੇ ਠੀਕ ਨੇ। ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ, ਪਰ ਫਿਰ ਵੀ ਉਹ ਕੌਨਸ਼ੀਅਸ ਸੀਗਾ ਫਿਲਹਾਲ। ਐਸ ਸੱਚ ਕਾਊਂਟ ਨਹੀਂ ਕੀਤਾ, ਫੀਮੇਲਸ ਵੀ ਸੀਗੀਆਂ ਵਿੱਚ, 3-4 ਫੀਮੇਲਸ ਵੀ ਹੋਣਗੀਆਂ ਵਿੱਚ। ਫਾਸਟ ਡਰਾਈਵਿੰਗ ਕਹਿ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀਗੀ, ਮੇ ਬੀ ਫੌਗ ਦਾ ਵੀ ਹੋ ਸਕਦਾ ਹੈ। 18 ਸਾਲ ਤੋਂ ਘੱਟ ਵੀ ਹੈ ਕੋਈ? ਨਹੀਂ, 18 ਤੋਂ ਘੱਟ ਕੋਈ ਨਹੀਂ ਹੈ, 20 ਦੇ ਆਸ ਪਾਸ ਨੇ ਸਾਰੇ। ਜਿਹੜਾ ਸੀਰੀਅਸ ਉਹਨੂੰ ਰੈਫਰ ਕਰ ਰਹੇ? ਹਾਂਜੀ, ਰੈਫਰ ਕਰ ਰਹੇ ਹਾਂ ਆਪਣੇ 32 ਸੈਕਟਰ ਹਸਪਤਾਲ ਚੰਡੀਗੜ੍ਹ।